ਆ ਪਰਦੇਸੀ ਬੰਦੇ ਆ ਗਏ ਦੇਖੋ, ਜਿਹੜੇ ਗਏ ਸੀ ਪਿੰਡ ਉਥੋਂ ਮਸਾਂ ਬੁਲਾਏ ਨੇ ਦੇਖ ਲਓ। ਅੱਜ ਉਹ ਵੀ ਕਹਿ ਕੇ ਕਿ ਆ ਜਾ ਦਮਨ ਆ ਜਾ, ਮੈਂ ਪਾਗਲ ਹੋ ਜਾਣਾ ਕੱਲੀ। ਵਾਹ ਤੇਰੇ, ਮੈਂ ਚਾਚੀ ਨੂੰ ਫੋਨ ਕੀਤਾ ਸੀ, ਮੈਂ ਕਿਹਾ ਦਮਨ ਨੂੰ ਕਿ ਇੱਥੇ ਆ ਜਾ, ਟਿਊਸ਼ਨ ਵਾਲੇ ਸਰ ਕਹਿ ਰਹੇ ਦਮਨ ਨੂੰ ਛੱਡਣਾ ਨਹੀਂ ਹੈਗਾ। ਹੈਂ, ਇੰਨੇ ਦਿਨਾਂ ਬਾਅਦ ਆਏ ਇੱਥੇ, ਮੇਰਾ ਦਿਲ ਨਹੀਂ ਲੱਗਿਆ ਤੇਰੇ ਬਿਨਾ। ਤੇਰਾ ਤਾਂ ਲੱਗਣਾ ਹੀ, ਇੰਨੇ ਟੱਬਰ 'ਚ ਬੈਠੇ ਹਾਂ ਤੂੰ, ਤੇਰਾ ਤਾਂ ਲੱਗਣਾ ਹੀ। ਕੜੀ ਚੌਲ ਬਣਾਏ ਤੁਹਾਡੇ ਫੇਵਰੇਟ, ਖਾਓ ਫਟਾਫਟ, ਫਿਰ ਆਪਣੇ ਜਾਣਾ ਬਾਜ਼ਾਰ। ਚਲੋ ਮੂੰਹਾਂ ਧੋਵੋ, ਚਲੋ ਉੱਠੋ। ਅਤੇ ਨਹੀਂ, ਸੈਂਟ ਤਾਂ ਕੁਛ ਲਾਇਆ ਨਹੀਂ, ਆਹ ਸਨਸਕ੍ਰੀਮ ਲਾਈ ਫੇਸ 'ਤੇ, ਸਨਸਕ੍ਰੀਮ ਲਾਈ ਹੈ। ਬਿਲਕੁਲ ਵੀ ਨੀ ਕਿਸੇ ਨੇ ਵੇਖਿਆ ਮੇਰੇ ਭੈਣ ਭਰਾਵਾਂ ਨੇ, ਤੇ ਪਲੀਜ਼ ਜ਼ਰੂਰ ਜਾ ਕੇ ਦੇਖਿਓ। ਲਓ ਜੀ ਦਮਨ ਦੇ ਚੌਲ, ਇਹ ਚੌਲ ਅਸੀਂ ਰਾਤ ਬਣਾਏ ਸੀ, ਮੈਂ ਸਪੈਸ਼ਲ ਤਾਜ਼ੇ ਨਹੀਂ ਬਣਾਏ, ਦਮਨ ਸਾਡਾ ਖਾ ਲੈਂਦਾ ਹੁੰਦਾ, ਅਤੇ ਨਾਲ ਬਣਾਈ ਹੈ ਕੜੀ ਮੈਂ ਗਰਮ ਕਰਦਾ। ਠੀਕ ਹੈ, ਚਲੋ ਜੀ ਦਮਨ ਨੂੰ ਆਪਣੇ ਰੋਟੀ ਦੇ ਦਿੱਤੀ, ਅਤੇ ਆਪਾਂ ਵੀ ਰੈਡੀ ਹਾਂ, ਆਪਾਂ ਨੇ ਜਾਣਾ ਬਾਜ਼ਾਰ, ਥੋੜ੍ਹੇ ਜਿਹੇ ਕੰਮ ਨੇ ਮੇਰੇ, ਉਹ ਕਰਕੇ ਆਉਣੇ ਨੇ। ਮੈਨੂੰ ਐਂ ਦਮਨ ਆ ਗਈ, ਅਤੇ ਦਮਨ ਨੂੰ ਲੈ ਜਾ, ਦਮਨ ਦੀ ਅੱਜ ਫਿਰ ਛੁੱਟੀ ਹੋ ਜਾਣੀ ਹੈ ਟਿਊਸ਼ਨ ਤੋਂ, ਅਤੇ ਕੱਲ੍ਹ ਤੋਂ ਦਮਨ ਰੈਗੂਲਰ ਕਰੇਗੀ ਟਿਊਸ਼ਨ। ਅਤੇ ਲਓ ਜੀ ਇੱਧਰ ਮੇਰਾ ਮੈਸੇਜ ਆਇਆ, ਮੈਸੇਜ ਚੈੱਕ ਕਰ ਲਾਂ, ਬਣੇ ਰਹੋ ਤੁਸੀਂ ਬਲੌਗ 'ਚ, ਅਤੇ ਦਮਨ ਦੇ ਕੜੀ ਚੌਲ ਆ ਗਏ ਨੇ, ਹੁਣ ਦੇਖ ਕੇ ਭੁੱਖ ਲੱਗ ਜਾਣੀ ਮਨਦੀਪ ਨੂੰ, ਰੀਨਾ ਕਲਸੀ ਨੂੰ। ਤੇ ਕਾਜੂ ਕਤਲੀ ਆ ਜਿਹੜੀ ਪਈ ਹੈ, ਕਾਜੂ ਕਤਲੀ ਤਾਂ ਘੱਟ ਨਹੀਂ ਹੈਗੀ, ਆਹ ਪਈ ਮਠਿਆਈ ਲਿਆ ਦਾਂਗੇ, ਲਿਆ ਦਾਂਗੇ। ਅਤੇ ਉਹ ਪ੍ਰਨੀਤ ਨੇ ਨਹੀਂ ਲਿਆ ਕੇ ਦਿੱਤੀ, ਫਤਿਹ ਨਹੀਂ ਲਿਆ ਕੇ ਦਿੱਤੀ, ਨਹੀਂ ਉਹ ਤਾਂ ਆਪ ਵਿਚਾਰੇ ਮੰਗਦੇ ਸੀ, ਅਤੇ ਲੈ ਆਉਂਦੇ ਉੱਥੋਂ, ਬਸ ਟਾਈਮ ਨਹੀਂ ਲੱਗਿਆ, ਬਸ ਫਿਰ ਇਹੀ ਤਾਂ ਗੱਲ ਨੇ। ਮੈਂ ਅਤੇ ਮੰਮਾ ਜਾ ਰਹੇ ਹਾਂ ਹੁਣ ਸੁਨਾਮ, ਮੈਂ ਸਕੂਲ ਤੋਂ ਆ ਗਈ ਸੀ, ਰੋਟੀ ਰੋਟੀ ਖਾ ਕੇ ਜਿਵੇਂ ਤੁਸੀਂ ਦੇਖਿਆ, ਅਤੇ ਸਕੂਟਰੀ 'ਤੇ ਜਾ ਰਹੀ, ਸਾਡਾ ਮੈਂ ਉਹ ਹੈ ਹੈਲੀਕਾਪਟਰ, ਹਾਂ ਹੈਲੀਕਾਪਟਰ ਹੈ, ਅਤੇ ਖੰਘ ਬੋਲ ਗਈ ਉੱਥੇ, ਸਿੱਧਾ ਸਿੱਧਾ ਹੈ ਪੁੱਲ ਚੜ੍ਹਨਾ, ਪੁੱਲ ਚੜ੍ਹਨਾ, ਨਹੀਂ ਪੁੱਲ ਨਹੀਂ ਚੜ੍ਹਨਾ, ਨਹੀਂ ਸਰ ਜਿੱਧਰ ਪੁੱਲ ਨਹੀਂ ਚੜ੍ਹਨਾ ਹੈਗਾ, ਸਾਨੂੰ ਨਾ ਇੱਥੋਂ ਰਸਤਾ ਭੁੱਲ ਜਾਂਦਾ, ਪਤਾ ਨਹੀਂ ਲੱਗਦਾ ਕਿੱਧਰ ਜਾਣਾ, ਅਸੀਂ ਕਿੰਨੀ ਵਾਰੀ ਆਏ ਹਾਂ ਫਿਰ ਵੀ ਸਾਨੂੰ ਪਤਾ ਨਹੀਂ ਲੱਗਦਾ ਹੈਗਾ। ਕਾਪੀ ਕਰਦੇ ਲੋਕ ਤਾਂ ਕਰਦੇ ਨੇ, ਕਰਦੇ ਵੀ ਕਰਦੇ ਨੇ, ਦਮਨ ਕਹਿੰਦੀ ਕਾਪੀ ਕਰ ਦੇਣਾ। ਮੈਂ ਇੱਕ ਸਭ ਤੋਂ ਫਸਟ ਜੁੱਤੀ ਇਹ ਸੀ, ਬੜੀ ਪਿਆਰੀ ਸੌਫਟ ਹੀ ਬੜੀ, ਇਹ ਮੈਨੂੰ ਪਤਾ, ਮੈਨੂੰ ਵੀ ਪਸੰਦ ਆ ਰਹੀ ਸੀ। ਕਿਹੜੀ ਜਾਣਦੇ ਹੋਏ ਵੀ ਮੂੰਹ ਮਰੋੜ ਕੇ ਨਹੀਂ ਆਏ ਹੈਗੇ ਆਪਣੀ ਦੁਕਾਨ ਤੇ।
ਕਿੰਨੀ ਵਾਰ ਗਏ ਬਲੈਕ ਵਾਲੀ ਮੰਮਾ ਉਹੀ ਰੰਗ ਲਓ ਯਾ ਮਹਿਰੂਨ ਯਾ ਉਹ ਜੋ ਇਹਨਾਂ ਚੋਂ ਪਸੰਦ ਹੈ ਉਧਰੋਂ ਵੀ ਦੇਖ ਲੈ ਥੋੜਾ ਪਾਪਾ ਉਹ ਕਿਹੜਾ ਪੈਂਦੀ ਆ
ਟਾਈਟ ਆ ਥੋੜੀ ਲੂਜ਼ ਹੋ ਗਈ ਆ ਵੀ ਆ ਵੀ ਭਾਈ ਬੈਠੀ ਇਹਦੇ ਨਾਲ ਦੀ ਕਿਤਨਾ ਅਮਨ ਆ ਵੀ ਭਾਈ ਬੈਠੀ ਅਮਨ ਇਹ ਲੈ ਉਸ ਨੇ ਆਪੇ ਦੇ ਉਧਰੋਂ ਜਿਵੇਂ ਉਧਰੋਂ ਸੁਣੇ ਨਾਲ ਆਇਆ ਉਹ ਆਪੀ ਜੁੱਤੀ ਲੋ ਹਾਂਜੀ ਹਾਂ 41 ਸਾਈਜ਼ ਉਹਦੀ ਆਮ ਜੁੱਤੀ ਦਾ ਸਾਈਜ਼ ਹੈ ਠੀਕ ਹੈ ਕਰਨਾ ਤੁਹਾਨੂੰ ਪੰਜਾਬੀ ਵਿੱਚ ਕੀ ਸਾਈਜ਼ ਹੋਊਗਾ ਕਿੰਨਾ ਸਹੀ ਹੈ ਉਹਦਾ ਲਗਾਤੀ ਉਹਦਾ ਹੜਦੀ ਨੂੰ ਤੇ ਲੈਦਰ ਵੀ ਖਰਾਬ ਹੋ ਗਈ ਮੇਰੀ ਆ ਗਈ ਲੋ ਜੀ ਘਰ ਆ ਗਏ ਸੀ ਹੈਂ ਘਰੇ ਆ ਗਏ ਅਸੀਂ ਸ਼ੋਪਿੰਗ ਸ਼ੁਪਿੰਗ ਕਰਕੇ ਅਤੇ ਆਹ ਦੇਖੋ ਦਮਨ ਆਉਂਦੇ ਨਾ ਇਹਨੂੰ ਬੜਾ ਸ਼ੌਂਕ ਹੈ ਵਿਚਾਰੀ ਦੇ ਨੇਲ ਹੈ ਨਹੀਂ ਲੈ ਦਿਖਾਈ ਅਤੇ ਨੇਲ ਲੈ ਕੇ ਆਈ ਡੁਪਲੀਕੇਟ ਕਹਿੰਦੀ ਕਿ ਇਹ ਮੈਂ ਲਾਉਣੇ ਨੇ ਆਰਟੀਫਿਸ਼ਲ ਨਹੀਂ ਹੁੰਦੇ ਜਿਹੜੇ ਡੁਪਲੀਕੇਟ ਆਰਟੀਫਿਸ਼ਲ ਲਾ ਲਓ ਅਤੇ ਲਾ ਰਹੀ ਹੈ ਅਤੇ ਨਾਲੇ ਸਵੇਰੇ ਸਕੂਲ ਜਾਣਾ ਲਾ ਵੀ ਦੇਣੇ ਨੇ ਚਾਹ ਹੈ ਬਸ ਹਾਂ ਅਤੇ ਆਹ ਆਪਾਂ ਜੁੱਤੀ ਲਿਆਂਦੀ ਤੁਸੀਂ ਦੇਖੀ ਸੀ ਅਤੇ ਦਿਖਾਉਂਦੇ ਹਾਂ ਆਪਾਂ ਤੁਹਾਨੂੰ ਬਣੇ ਰਹੋ ਵਲੋਗ 'ਚ ਪਹਿਲਾਂ ਅਸੀਂ ਚਾਹ ਪਾਣੀ ਪੀ ਲਈਏ ਥੋੜ੍ਹਾ ਜਿਹਾ ਠੀਕ ਹੈ ਹੈ ਨਾ ਅਤੇ ਦਮਨ ਬਣਾਉਂਦਾ ਚਾਹ ਨਵੇਂ ਨਵੇਂ ਨੇਲ ਲਾ ਕੇ ਹੈਂ ਬਣਾਏਗਾ ਨਾ ਸੋਲ ਜਿਹੜਾ ਇਹਦੀ ਵੀ ਆਵਾਜ਼ ਨਹੀਂ ਹੈਗੀ ਬਿਲਕੁਲ ਸੋਫਟ ਹੈ ਬਹੁਤ ਘੈਂਟ ਕਲਰ ਇਹਦੇ 'ਚ ਇੱਕ ਹੋਰ ਕਲਰ ਸੀ ਮੈਂ ਪਾਇਆ ਵੀਡੀਓ ਦੇ ਵਿੱਚ ਦੇਖਿਆ ਹੋਣਾ ਤੁਸੀਂ ਮੈਨੂੰ ਆਹ ਕਲਰ ਪਸੰਦ ਆਇਆ ਮੈਂ ਕਿਹਾ ਡਾਰਕ ਸੂਟ ਆ ਨਾ ਜ਼ਿਆਦਾ ਸੋਹਣੀ ਲੱਗੇਗੀ
ਲਾਈਟ ਨਾਲ ਵੀ ਸੋਹਣੀ ਲੱਗੇਗੀ, ਡਾਰਕ ਨਾਲ ਵੀ। ਆਹ ਸੂਟ ਨਾਲ ਪਾਈ ਸੀ ਬੜੀ ਸੋਹਣੀ ਲੱਗੀ ਸੀ, ਅਤੇ ਲੈ ਕੇ ਗਈ ਹਾਂ ਮੈਂ ਜੁੱਤੀ। ਪਹਿਲਾਂ ਮੈਂ ਲਿਆਉਂਦੀ ਸੀ। ਅੱਛਾ ਉਹਨਾਂ ਨੇ ਆ ਦਿੱਤਾ ਨਾਲ ਡੱਕਾ ਜਿਹਾ ਪਾਉਣ ਨੂੰ, ਐਂ ਕਰਕੇ ਮੈਂ ਦਿੱਤਾ ਨਹੀਂ। ਆਹ ਵਾਲੀ ਲਿਆਉਂਦਾ ਪਾਵਾਂਗੀ ਜਦੋਂ ਮੈਂ ਫਿਰ ਦਿਖਾਵਾਂਗੀ ਤੁਹਾਨੂੰ ਸਾਰਿਆਂ ਨੂੰ। ਮੈਨੂੰ ਬਸ ਆਪਾਂ ਨੇ, ਮੈਂ ਇੰਨੀਆਂ ਜੁੱਤੀਆਂ ਲਿਆਉਂਦੀਆਂ ਨਾ ਇੰਨੀਆਂ, ਪਰ ਥੋੜ੍ਹਾ ਫਿਚਰ ਪਾ ਕੇ ਮਨ ਅੱਕ ਜਾਂਦਾ। ਮਨ ਅੱਕਦਾ ਨਾ ਤਾਂ ਟੁੱਟਦੀ ਇਹ, ਮਨ ਤਾਂ ਅੱਕ ਜਾਂਦਾ। ਜਿਹੜੀ ਛੇਤੀ ਟੁੱਟ ਜਾਏ ਫਿਰ ਬੰਦਾ ਮਨ ਨਹੀਂ ਅੱਕਦਾ ਵੀ ਟੁੱਟ ਗਈ ਹੈ। ਇਹ ਆਪਣੇ ਜੁੱਤੀ ਲਿਆਉਂਦੀ ਹੈ। ਇੱਧਰ ਆਪਣੇ ਜਾਣੇ ਸਵੇਰੇ ਆਪਣੀ ਦੀਦੀ ਦੇ ਸੂਟ ਅਮੈਰੀਕਾ, ਅਤੇ ਆਪਾਂ ਸਟਿਚ ਕਰਵਾ ਕੇ ਪੈਕਿੰਗ ਕਰਤੀ ਹੈ, ਅਤੇ ਇਹਦਾ ਕੋਰੀਅਰ ਸਵੇਰੇ ਆਪਾਂ ਨੇ ਇਹਨਾਂ ਦਾ ਕੋਰੀਅਰ ਭੇਜਣਾ, ਅਤੇ ਕੋਈ ਸੂਟ ਸਟਿਚ ਹੋਏ ਨੇ ਪੂਰੀ ਪੈਕਿੰਗ ਕਰਤੀ ਨਾ, ਅਤੇ ਦੁਪੱਟੇ ਵੀ ਨਾਲ ਹੀ ਰੈਡੀ ਕਰਵਾਏ ਨੇ ਆਪਾਂ ਨੇ, ਲੇਸ ਲਾ ਕੇ ਪ੍ਰੋਪਰ ਮੈਂ ਪੈਕ ਕਰਤੇ ਨੇ। ਅਤੇ ਮੈਂ ਤੁਹਾਨੂੰ ਕੋਈ ਕਿਹੜੇ ਖਾਣੇ, ਬਹੁਤ ਸੋਹਣੇ ਲੱਗਦੇ ਇਹ ਦੁਪੱਟਾ, ਗ੍ਰੇ ਹੈ ਨਾਲ, ਅਤੇ ਜਿਵੇਂ ਦਾ ਸੂਟ ਦੇ ਵਿੱਚ ਕਲਰ ਹੈ ਨਾ ਆਹ ਮਹਿਰੂਨ ਜਿਹਾ, ਉਸ ਕਲਰ ਦੀ ਲੇਸ ਲਾਈ ਹੈ। ਬਹੁਤ ਪਿਆਰਾ ਕੰਬੀਨੇਸ਼ਨ ਬਣਿਆ, ਗ੍ਰੇ ਔਰ ਥੋੜ੍ਹਾ ਜਿਹਾ ਰੈਡ ਮਹਿਰੂਨ ਦਾ, ਬਹੁਤ ਵਧੀਆ ਕੰਬੀਨੇਸ਼ਨ। ਇਹਦਾ ਵੀ ਬਹੁਤ ਵਧੀਆ ਬਣਿਆ, ਪੀਚ ਕਲਰ ਹੈ, ਪੀਚ ਔਰ ਮਜੰਟਾ ਦਾ ਲੇਸ ਇਹਦੇ ਵੀ ਲੱਗੀ ਦੁਪੱਟੇ ਨੂੰ। ਅਤੇ ਦੁਪੱਟੇ ਆਪਾਂ ਇਹਦੇ ਨਾਲ ਬਰਬਰੀ ਦਾ ਅਤੇ ਇੱਕ ਟੈਬੀ ਦਾ ਅਲੱਗ ਅਲੱਗ ਲਾਏ ਨੇ, ਇੱਕ ਟੈਬੀ ਦਾ ਲਾਇਆ, ਇੱਕ ਬਰਬਰੀ ਦਾ ਲਾਇਆ, ਬਸ ਹੁਣ ਇਹਨਾਂ ਨੇ ਪੈਕਿੰਗ ਕਰਕੇ। ਅਤੇ ਜਲਦੀ ਸੂਟਾਂ ਵਾਲੀ ਵੀਡੀਓ ਆ ਰਹੀ ਹੈ, ਪੰਜਾਬੀ ਪਹਿਰਾਵੇ 'ਤੇ ਵੀ ਆਏਗੀ ਅਤੇ ਬਾਸੀ ਫੈਮਿਲੀ 'ਤੇ ਆਏਗੀ। ਅਤੇ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਪੰਜਾਬੀ ਪਹਿਰਾਵੇ ਨੂੰ ਵੀ ਅਤੇ ਪੰਜਾਬੀ ਬਾਸੀ ਫੈਮਿਲੀ ਨੂੰ ਵੀ। ਅਤੇ ਚਲੋ ਜੀ, ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ, ਮਿਲਦੇ ਹਾਂ ਤੁਹਾਨੂੰ ਨਵੇਂ ਵਲੋਗ ਦੇ ਨਾਲ, ਕਿਉਂਕਿ ਹੁਣ ਅਸੀਂ ਬਣਾਉਣੀ ਹੈ ਰੋਟੀ, ਰੋਟੀ ਅਸੀਂ ਬਣਾ ਲਈਏ ਅਤੇ ਇਸ ਮੋਰਨਿੰਗ ਮਿਲਾਂਗੇ। ਹੁਣ ਦਮਨ ਆ ਰਿਹਾ, ਘੈਂਟ ਘੈਂਟ ਦੇ ਵਲੋਗ ਮਿਲਣਗੇ ਤੁਹਾਨੂੰ, ਠੀਕ ਹੈ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਪਲੀਜ਼, ਸਾਰਿਆਂ ਨੂੰ ਰਿਕੁਐਸਟ ਹੈ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ।